ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸ਼ਤਾਬਦੀ ਸਮਾਗਮਾਂ ਦੇ ਤਹਿਤ ਸੁਲਤਾਨਪੁਰ ਲੋਧੀ ਤੋਂ ਸ਼ਬਦ ਗੁਰੂ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਤੋਂ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ ਜਾਵੇਗੀ। ਦੱਸ ਦਈਏ ਕਿ ਯਾਤਰਾ ਪੰਜਾਬ ਦੇ ਸਾਰੇ ਇਲਾਕਿਆਂ ਤੋਂ ਹੁੰਦੀ ਹੋਈ 17 ਅਪ੍ਰੈਲ ਨੂੰ ਵਾਪਸ ਸੁਲਤਾਨਪੁਰ ਲੋਧੀ ਜਾ ਸੰਪੰਨ ਹੋਵੇਗੀ। ਸ਼ਬਦ ਗੁਰੂ ਯਾਤਰਾ ਦੇ ਲਈ SGPC ਦੇ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਪੂਰੀ ਤਰ੍ਹਾਂ ਨਾਲ ਸਜਾ ਦਿੱਤਾ ਗਿਆ ਹੈ। ਦੱਸ ਦਈਏ ਕਿ ਸ਼ਬਦ ਗੁਰੂ ਯਾਤਰਾ ਦੀ ਸ਼ੁਰੂਆਤ ਕਰਨ ਮੌਕੇ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਮੌਜੂਦ ਰਹਿਣਗੇ ਅਤੇ ਉਹਨਾਂ ਦੇ ਨਾਲ ਹੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੀ ਸ਼ਾਮਲ ਹੋਣਗੇ। ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਜਿਹੜਾ ਹੈ ਇਹ ਵਿਸ਼ਵ ਪੱਧਰ 'ਤੇ ਸ਼ਤਾਬਦੀ ਦੇ ਰੂਪ ਵਿੱਚ ਜਿਹੜਾ 10-11-12 ਨਵੰਬਰ 2019 ਦੇ ਵਿੱਚ ਜਿਹੜਾ ਇਹ ਆ ਰਿਹਾ ਇਹ ਵਿਸ਼ਵ ਪੱਧਰ 'ਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਡੇ ਮਾਣਯੋਗ ਜਗਤ ਗੁਰੂ ਸਿੰਘ ਲੌਂਗੋਵਾਲ ਪ੍ਰਧਾਨ ਸ੍ਰੀ ਗੁਰੂ ਆਪਣੇ ਨਿਰਦੇਸ਼ਾਂ ਨਿਰਦੇਸ਼ਾਂ ਅਨੁਸਾਰ ਜਿਹੜਾ ਇਹ ਪ੍ਰਬੰਧ ਜਿਹੜੇ ਇਹਦੇ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਨੇ। ਇੱਕ ਸ਼ਬਦ ਗੁਰੂ ਯਾਤਰਾ ਸਾਰੇ ਪੰਜਾਬ ਦੇ ਵਿੱਚ ਜਿਹੜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਉਹ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੀ ਆਰੰਭਤਾ ਹੈ ਕੱਲ੍ਹ 7 ਜਨਵਰੀ ਨੂੰ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਜਿਹੜੀ ਇਹ ਸ਼ੁਰੂ ਹੋਏਗੀ। ਇਹਦੇ ਜਿਹੜੇ ਨੇ ਪ੍ਰਬੰਧ ਜਿਹੜੇ ਨੇ ਸਾਡੇ ਧੰਨ ਸਿੰਘ ਦੇ ਸਕੱਤਰ ਸਾਹਿਬ ਪ੍ਰਚਾਰ ਕਮੇਟੀ ਮੁੱਖ ਸਕੱਤਰ ਸਾਹਿਬ ਦੇ ਵਿਚਨ ਨਾਲ ਜਿਹੜੇ ਸਾਰੇ ਪ੍ਰਬੰਧ ਸਾਡੇ ਮੁਕੰਮਲ ਕਰ ਲਏ ਗਏ ਨੇ। ਇਹ ਸ਼ਬਦ ਗੁਰੂ ਜਿਹੜੀ ਯਾਤਰਾ ਸ਼ੁਰੂ ਹੋਏਗੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਅਤੇ ਇਹਦੇ ਨਾਲ ਇਹ ਜਿਹੜਾ ਇੱਕ ਗੁਰੂ ਸਾਹਿਬ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਦੀ ਜਿਹੜੀ ਇਹ ਸ਼ੋਭਾ ਯਾਤਰਾ ਦੇ ਨਾਲ ਸ਼ਬਦ ਗੁਰੂ ਯਾਤਰਾ ਦੇ ਨਾਲ ਜਿਹੜੀ ਉਹ ਨਿਸ਼ਾਨੀਆਂ ਲਈ ਜਿਹੜੀ ਇਹ ਗੁਰੂ ਦੀਆਂ ਨਿਸ਼ਾਨੀਆਂ ਲਈ ਜਿਹੜੀ ਉਹ ਬੱਸ ਵੀ ਜਿਹੜੀ ਨਾਲ ਉਹ ਰਵਾਨਾ ਹੋਵੇਗੀ। ਇਹ ਕੱਲ੍ਹ ਸੁਬਹਾ ਜਿਹੜਾ ਹੈ 9 ਵਜੇ ਆਰੰਭ ਹੋ ਗਿਆ ਇਹਦੇ ਨਾਲ ਗੱਤਕਾ ਪਾਰਟੀ ਬੈਂਡ ਪਾਰਟੀਆਂ ਹੋਰ ਜਿਹੜੀਆਂ ਸਕੂਲਾਂ ਦੀਆਂ ਬੈਂਡ ਪਾਰਟੀਆਂ ਅਤੇ ਜਿੰਨੀਆਂ ਸਾਡੇ ਜੋ ਵੀ ਇਹਦੇ ਸੰਬੰਧ ਵਿੱਚ ਪ੍ਰਬੰਧ ਨੇ ਉਹ ਜਿਹੜੇ ਨੇ ਉਹ ਮੁਕੰਮਲ ਕਰ ਲਏ। ਅਰੂਪ ਜਿਹੜਾ ਕੱਲ੍ਹ ਨੂੰ ਸਵੇਰੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰੀ ਤੋਂ ਰਾਮੀ ਕੋਲ ਤਲਵੰਡੀ ਕੋਲ ਤੋਂ ਫਿਰ ਇਹ ਜਾਵੇਗੀ ਤਲਵੰਡੀ ਚੌਧਰੀਆਂ। ਤਲਵੰਡੀ ਚੌਧਰੀਆਂ ਤੋਂ ਠੱਟਾ ਫੂਲਪੁਰ ਟਿੱਬਾ ਕਬੂਲਣਾ ਖੀਰਾਂ ਵਾਲੀ ਤੋਂ ਫਤੂ ਢੀ ਉੱਚਾ ਫਤੂ ਢੀਂਗਾ ਅਤੇ ਮੁੰਡੀ ਮੋੜ ਹੁੰਦੀ ਹੋਈ ਰਾਤ ਨੂੰ ਜਿਹੜਾ ਹੈ ਇਹਦਾ ਵਿਸ਼ਰਾਮ ਹੈ ਜਿਹੜਾ ਸ੍ਰੀ ਗੁਰੂਗੋਬਿੰਦ ਸਾਹਿਬ ਹੈ ਜਿਹੜਾ ਉਹ ਸ਼ਾਮ ਨੂੰ ਜਿਹੜਾ ਬਿਊਰੋ ਰਿਪੋਰਟ ਦਾ TV NRI।